जी वाह, क्या बात है जी। वाह वाह, की खुशनुमा आई है। राज साहब, इस डिश का नाम है नैशविल स्पाइसी फिश एंड चिप्स। नैशविल फिश एंड चिप्स, क्या बात। यानी के चिप्स भी हो गई, फिश भी हो गई। ये उत्ते ये की पे है जी? ये पिकल है, अचार है, खीरे का अचार। अच्छा 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 अच्छा, इसका मतलब पता लग रहा है कि ठंड का मौसम, ठंड का बहाव मौसम आ रही है, फिश चलना शुरू हो गई। मैं समझे मुर्गी का गोश्त काट के ना कि फ्राई करके उन्होंने उत्ते रख दिया। यार ये तो पहली दफे मैं इन्हें आपस में देख रहा हूं, मिलाप के बांधना बंदे खा रहे ने मच्छी। देखो साडे जिले में मच्छी मिल जाए नान नान वगैरह मिलता है, जब कोई रोटी ये नाल छोटे छोटे बंदिए देते जी, तो नाल चिप्स देती जी। ओए होए 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 होए, की कमाल है यार। इंज लगता है जिस तरह खरबूजा कटो तो विचों मिठा मिठा खरबूजा निकल आता ना। राणा साहब, यह पहली बार बरतानिया च बनाई गई सी यह डिश। अच्छा, लेकिन बाद च अमरीका च बहुत फेमस हो गई। यार बरतानिया च बनाई गई तो फिर अमेरिका के लोगों ने, अमेरिका से लगता भी लोग साढ़े तरह चस्कोले गए। बरतानिया के अंग्रेज यह डिश खाते हैं, अमरीका च भी बड़ी मशहूर है, यदा मतलब फिर बड़ी लाजवाब ही डिश हैगी है। जे तुसी चाहते हो ना कि सही जायका तो महसूस हो, फिर जिन्नी देर ए नहीं ना नाल लाओगे तो जायका ही नहीं जे आएगा। यार मैं जो चक मारा तो मैं डर रहा कि कंधा ना खुब जाए, लेकिन कंधा ही नहीं गा। जायका का बड़ा मजेदार चटपटा स्पैसी नहीं गा, ना स्पैसी भी नहीं, मसाले तो उन्हें बड़े प्यारे लाए ने, जो खादा बहुत मसाले का बड़ा मजेदार कम आ रहा है। बड़ा मजेदार जिवें लगता जिम्मे गए तू फ्राई नहीं किसी ना कर करके फ्राई किया, खुश करके फ्राई की होंगी है, बड़ा मजेदार, बड़ा चटपटा जहा नमकीन टाइप। देखो क्या उत्ते लेप चढ़िया है, ये की मजेदार है, उत्तो सुचे ही मसाले लगे ने, की मजा दे रहे ने। यार कमाल, पता नहीं उन्होंने केड़ी चीज का लेप करके फ्राई किया है, तो मच्छी अंदरों एडी हलवे वर्गी गली हुई, तो जिहड़ा मसाला वेख रहे तुसीं लेप लगा, क्या करारा मसाला है। ਨਾ ਦੀ ਸੋਸ ਦਿੱਤੀ ਨੇ ਇਹ ਬੜੀ ਬਿਹਤਰੀਨ ਜੀ ਹੈਗੀ, ਤਾਂ ਕਿ ਨਾਲ ਨਾਲ ਚਟਮਿਟੀ ਖਟਫਟੀ ਜੀ ਵੀ ਜ਼ਾਇਕਾ ਆਉਂਦਾ ਰਹੇ। ਬਿੱਲ ਫਿਰ ਤੁਸੀਂ ਕੰਡੇ ਵਾਲੀ ਮੱਛੀ ਖਾਂਦੇ ਹੋ, ਕੋ ਕੰਡਾ ਤੁਹਾਡੇ ਗਲੇ 'ਚ ਅੜ ਜਾਵੇ ਤਾਂ ਫਿਰ ਕੀ ਕਰੋਗੇ? ਫਿਰ ਤਾਂ ਜਮੂਰ ਪਾ ਕੇ ਕੱਢਣਾ ਪੈਣਾ, ਜਿਤੇ ਉਹ ਨਿਕਲਣਾ ਨਹੀਂ ਹੈ। ਜ਼ਾਇਕਾ ਦਾ ਬੜਾ ਕਮਾਲ ਔਰ ਬੜਾ ਨਮਕੀਨ ਔਰ ਬੜਾ ਹਲਕਾ ਜਿਹਾ, ਮਤਲਬ ਕਿ ਸਪਾਈਸੀ ਵੀ ਹੈ ਅਤੇ ਨਮਕੀਨ ਵੀ ਹੈ। ਅੱਡਾ ਪਿਆਰਾ ਨੂੰ ਮਸਾਲਾ ਲੱਗਾ, ਅਤੇ ਮੱਛੀ ਜਿਹੜੀ ਸਾਡੇ ਇੱਥੇ ਫਰਾਈ ਕਰਦੇ ਨੇ ਉਹ ਤਰੀਕਾ ਹੀ ਹੋਰ ਹੈ, ਬੇਸਣ ਦੇ ਨਾਲ ਕੋਈ ਸਾਲਣ ਬਣਾ ਲੈਂਦੇ ਨੇ, ਉਸ ਤੋਂ ਬਗੈਰ ਖਾ ਨਹੀਂ ਸਕਦੇ। ਕਈ ਲੋਕ ਖਾਂਦੇ ਨਹੀਂ ਗੇ ਕਿ ਯਾਰ ਨਹੀਂ ਇਹ ਫਰਾਈ ਹੋਏਗੀ ਤਾਂ ਖਾਣੀ, ਸਾਲਣ ਵਾਲੀ ਸਾਨੂੰ ਤਾਂ ਚੰਗੀ ਨਹੀਂ ਲੱਗਦੀ। ਇਹਦਾ ਮਤਲਬ ਰੋਟੀ ਜਿਹੜਾ ਤਾਂ ਇਹਨਾਂ ਨੇ ਬੰਦ ਜੇ ਛੋਟੇ ਜਿਹੇ ਰੱਖ ਦਿੱਤੇ ਨੇ, ਸ਼ੁਗਰ ਮੈਦਾ ਖਾਂਦੇ ਨੇ ਖਾਣੋ। ਕਿਆ ਬਾਤ ਹੈ ਜੀ, ਆਏ ਹਾਏ ਹਾਏ, ਮੈਂ ਗੱਲਾਂ 'ਚ ਲੱਗਿਆ ਉੱਧਰ ਮੱਛੀ ਠੰਡੀ ਹੁੰਦੀ ਜਾ ਰਹੀ। ਜੀ ਮੈਂ ਸਾਦਾ ਫਿਸ਼ ਖਾ ਰਹੀ ਤਾਂ ਮੈਨੂੰ ਇੰਝ ਲੱਗਾ ਜਿਸ ਤਰ੍ਹਾਂ ਮੈਂ ਖੂਬ ਪਕੌੜਾ ਜਿਹਾ ਖਾਧਾ, ਬੜਾ ਜ਼ਬਰਦਸਤ ਕਿਸਮ ਦਾ, ਅਤੇ ਲੇਕਿਨ ਜਦੋਂ ਮੈਂ ਬੰਦ ਦੇ ਨਾਲ ਮੈਨਰ ਦੇ ਨਾਲ ਖਾਧੇ ਤਾਂ ਮੈਨੂੰ ਬਹੁਤ ਹੀ ਮਜ਼ਾ ਆਇਆ। ਮੈਨੂੰ ਲੱਗਦਾ ਮੈਨੂੰ ਇੰਝ ਲੱਗ ਰਿਹਾ ਪਿਆ ਸੀ ਕਿ ਮੈਂ ਡਿਨਰ ਖਾ ਰਿਹਾ। ਇੱਥੇ ਲੋਕ ਜੇ ਇਹੋ ਜਿਹੀ ਫਿਸ਼ ਖਾਣੀ ਹੋਵੇ ਨਾ ਤਾਂ ਸਾਡੇ ਲੋਕ ਖਾਂਦੇ ਬਾਜ਼ਾਰ 'ਚ ਜਾਂਦੇ ਨੇ, ਲੇਕਿਨ ਚਿਪਸ ਜਾਂ ਬੰਦ ਇਹੋ ਜਿਹੀ ਕੋਈ ਚੀਜ਼ ਨਾਲ ਨਹੀਂ ਹੁੰਦੀ, ਨਾ ਇਹੋ ਜਿਹੀ ਚੀਜ਼ਾਂ ਹੁੰਦੀਆਂ ਚਟਨੀ ਇਹੋ ਜਿਹੀ, ਨਾ ਸੈਲਡ ਜਿਹੜੀ ਰੱਖੀ ਤੁਸੀਂ, ਉਹ ਸਿਰਫ ਰੋਟੀ ਦੇ ਨਾਲ ਜਾਂ ਚਟਨੀ ਦੂਸਰੀ ਬਣਾਈ ਹੁੰਦੀ ਖੁਰਬਾਨੀਆਂ ਦੀ, ਉਹਦੇ ਨਾਲ ਖਾਂਦੇ ਨੇ। ਸਾਡੇ ਇੱਥੇ ਤੇ ਜਿੰਨੀਆਂ ਵੀ ਮੱਛੀ ਦੀਆਂ ਨਸਲਾਂ ਮਿਲਦੀਆਂ ਨੇ ਨਾ, ਯਕੀਨ ਜਾਣੋ ਕਿ ਸਾਰੀ ਭਰਪੂਰ ਕੰਡੇ ਵਾਲੀਆਂ। ਯਕੀਨ ਕਰੋ ਅਗਰ ਕਿਲੋ ਕੁ ਮੱਛੀ ਹੋਵੇ ਨਾ ਤਾਂ ਮੈਂ ਖਾ ਜਾਵਾਂ। ਯਕੀਨ ਕਰੋ ਭਾਵੇਂ 2 ਕਿਲੋ ਵੀ ਹੋਵੇ ਨਾ, ਮੈਂ ਇਹਨੂੰ ਇੰਝ ਹੀ ਖਾਣਾ ਜਿਵੇਂ ਸਮੋਸੇ ਖਾ ਰਿਹਾ, ਇਹਦਾ ਮਜ਼ਾ ਇੰਝ ਹੀ ਆ ਰਿਹਾ ਮੈਨੂੰ। ਇਹ ਮੱਛੀ ਦਾ ਇਹ ਮਜ਼ਾ ਹੈਗਾ, ਖੁਸ਼ਕ ਮੇਵਾ ਹੈਗਾ, ਬੜੀ ਤਲਕ ਕੇ ਤਰੀ ਹੋਈ ਹੈ। ਮੱਛੀ ਫੜਨਾ, ਮੱਛੀ ਨੂੰ ਪਕਾਉਣਾ ਅਤੇ ਫਿਰ ਮੱਛੀ ਨੂੰ ਖਾਣਾ, ਯਕੀਨ ਕਰੋ ਇਹ ਤਿੰਨੇ ਚੀਜ਼ਾਂ ਫਨ ਹੀ ਕਹਿਲਾਉਂਦੀਆਂ ਜੇ। ਇਹ ਆਲੂ ਪਤਾ ਕਿਉਂ ਰੱਖਦੇ ਨੇ ਨਾਲ?
ਅਸੀਂ ਵੀ ਇੱਥੇ ਹਰ ਚੀਜ਼ ਦੇ ਨਾਲ ਹਰ ਸਬਜ਼ੀ ਦੇ ਨਾਲ ਆਲੂ ਹੀ ਪਕਾਉਂਦੇ ਅਤੇ ਬਹੁਤ ਪਿਆਰਾ ਪੀਸ ਅਤੇ ਬੜਾ ਮਜ਼ਾ ਆਇਆ ਅਤੇ ਲੈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਦਬਾਇਆ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਸਿਹਤ ਤੰਦਰੁਸਤੀ ਦੇਵੇ ਸਾਨੂੰ ਤੁਸੀਂ ਇਜਾਜ਼ਤ ਦੇਵੋ ਫਿਰ ਮੁਲਾਕਾਤ ਹੋਏਗੀ।